ਮੈਂ ਕਿਹਾ ਪਲੰਬਰ ਵੀਰ ਆ ਗਿਆ ਵਾ ਅਤੇ ਮੈਂ ਕਿਹਾ ਪੁੱਛ ਲਈਏ ਵੀ ਜਿਹੜਾ ਜਿਹੜਾ ਸਮਾਨ ਲੱਗਣਾ ਵਾ ਅਤੇ ਅੱਜ ਲਿਖਾ ਲਈਏ ਅਤੇ ਫਿਰ ਜਾ ਕੇ ਆਪਾਂ ਜਿਹੜਾ ਹੈਗਾ ਸਮਾਨ ਲਿਆਈਏ ਅਤੇ ਚੱਲਦੇ ਹਾਂ। ਪਲੰਬਰ ਵੀਰ ਤਾਂ ਆ ਗਿਆ, ਕਹਿੰਦਾ ਦੱਸਦਾ ਮੈਂ ਲਿਖ ਕੇ ਸਾਰਾ ਕੁਛ ਵੀ ਕੀ ਲੱਗਣਾ ਹੈਗਾ। ਪੁੱਛ ਲਈਏ ਟੂਟੀ ਮਤਲਬ ਬਾਹਰ ਰਖਾ ਲਈ ਆ ਇੱਥੇ ਆ ਨੁੱਕਰ ਜੀ ਇੱਥੇ ਮਤਲਬ ਬਾਹਰ ਕਿਸੇ ਨੇ ਕੱਪੜੇ ਕੁੜੇ ਧੋਣੇ ਹੋਣ ਜਿਵੇਂ ਆ ਖੁੱਲੀ ਜਗ੍ਹਾ ਵਾ ਇੱਥੇ ਇੱਕ ਟੂਟੀ ਇੱਥੇ ਰਖਾ ਲਾਂਗੇ ਮੈਂ ਸਲਾਹ ਬਣਾਉਣ ਲਈ। ਬਾਕੀ ਵਿੱਚ ਇੱਕ ਆਪਣਾ ਸ਼ਾਵਰ ਰਖਾ ਲਾਂਗੇ ਅਤੇ ਇੱਕ ਆਪਣਾ ਗੀਜ਼ਰ ਦੀ ਟੂਟੀ ਇੱਕ ਡਾਇਰੈਕਟਰ ਦੀ ਅਤੇ ਇੱਕ ਟੈਂਕੀ ਵਾਲੀ ਤਿੰਨ ਟੂਟੀਆਂ ਇਹਦੇ 'ਚ ਰਖਾ ਲਾਂਗੇ ਇੱਦਾਂ ਬਾਕੀ ਸਾਰਾ ਕੰਪਲੀਟ ਹੋ ਜੂਗਾ। ਚਲੋ ਵਧੀਆ ਵੀ ਅਤੇ ਭਾਅ ਜੀ ਕਹਿੰਦੇ ਜਿੱਥੇ ਜਿੱਥੇ ਪੈਪਾਂ ਪਾਉਣੀਆਂ ਉੱਥੇ ਤਾਂ ਪਾਣੀ ਛੱਡ ਦਿਓ ਅਤੇ ਜਿੰਨੀ ਮਿੱਟੀ ਬਹਿਣੀ ਹੋਊਗੀ ਬਹਿ ਜੂਗੀ ਅਤੇ ਕੱਲ੍ਹ ਨੂੰ ਔਖ ਨਹੀਂ ਹੋਊਗੀ ਜਿਹੜੀਆਂ ਪੈਪਾਂ ਹੋਣਗੀਆਂ ਕੱਲ੍ਹ ਨੂੰ ਬਹਿਣਗੀਆਂ ਨਹੀਂ ਅਤੇ ਸਹੀ ਰਹੂਗਾ। ਅਤੇ ਮੈਂ ਚੱਲ ਵਧੀਆ ਗੱਲ ਆ ਅਤੇ ਦੱਸ ਗਏ ਨੇ ਅਤੇ ਹੁਣ ਆਪਾਂ ਜਿਹੜਾ ਪਹਿਲਾਂ ਪਾਣੀ ਪੂਣੀ ਛੱਡ ਦਈਏ ਸਾਰਾ ਅਤੇ ਓਕੇ ਹੋ ਜੂਗਾ ਉਨੀ ਦੇਰ ਤੱਕਣ ਦੋ ਤਿੰਨ ਦਿਨਾਂ ਤੱਕਣ ਫਿਰ ਆਪਣਾ ਕੰਮ ਕਰ ਲੈਣਗੇ ਜਿੰਨੀ ਬਹਿਣੀ ਹੋਊਗੀ ਬਹਿ ਜੂਗੀ ਮਿੱਟੀ। ਇਸ ਕਰਕੇ ਮੈਂ ਚੱਲ ਆਹੋ ਆ ਇੱਥੇ ਕਿੰਨੀ ਬਹਿ ਗਈ ਮਿੱਟੀ ਕਾਫੀ ਡਾਊਨ ਹੋ ਗਿਆ ਇੱਥੋਂ ਅਤੇ ਉਹ ਕਹਿ ਕੇ ਕਹਿਣ ਦੇ ਕਹਿੰਦੇ ਜਿੰਨੀ ਬਹਿਣੀ ਹੋਈ ਇੱਧਰ ਵੀ ਮਤਲਬ ਸਾਰੇ ਕਮਰੇ ਕੁਮਰਿਆਂ ਦੇ ਵਿੱਚ ਕਹਿੰਦੇ ਛੱਡ ਦਿਓ ਪਾਣੀ ਪੂਣੀ ਹੁਣ ਛੱਡ ਦਿੰਦੇ ਹਾਂ ਅਤੇ ਫਿਰ ਓਕੇ ਹੋ ਜੂਗਾ ਸਾਰਾ ਕੁਛ। ਮੈਂ ਇੱਥੇ ਟੋਲਾ ਮਾਰ ਕੇ ਪਾਣੀ ਛੱਡ ਦਈਏ ਕਿੱਲੇ ਮਾਰਨ ਨਾਲ ਵਧੀਆ ਵਾ ਟੋਏ ਜੇ ਪਾਣੀ ਖਲੋਤਾ ਰਹਿੰਦਾ ਆਪਾਂ ਸਾਰੇ ਬੰਨੇ ਜੀਵ ਜਾਂਦਾ ਵਾ ਸਾਰੇ ਕਮਰਿਆਂ ਟੋਆ ਮਾਰ ਲੈਂਦੇ ਹੁਣ ਇੱਦਾਂ ਟੋਏ ਮਾਰ ਮਾਰ ਕੇ ਪਾਣੀ ਜਿਹਾ ਛੱਡੀ ਜਾਂਦੀ ਕਿੰਨਾ ਬਹਿਣਾ ਹੁੰਦਾ ਜੀ। ਜੇ ਮੇਰੇ ਕੋਲ ਟੋਇਆ ਮਾਰਤਾ ਆਪਾਂ ਅਤੇ ਕਾਹ ਮਾਰ ਕੇ ਹੜਿਆ ਹੁਣੇ ਗਰਮੀ ਬੜੀ ਬੁਰੀ ਹਾਲ ਹੋਈ। ਚਲੋ ਮਿਹਨਤ ਕਰਨੀ ਪੈਂਦੀ ਆਪਣੇ ਘਰ ਮੰਗੇ ਆਪਣੇ ਘਰ ਬਦਲੇ ਮਿਹਨਤ ਕਰਨੀ ਪੈਣੀ ਮੈਂ ਚੱਲ ਪਾਣੀ ਦਾ ਵਾਧਾ ਹੋ ਜਾਊਗਾ ਜਿੰਨੀ ਪੈਣੀ ਹੋਊਗੀ ਬਹਿ ਜੂ ਲੱਗੇਗਾ।
ਟੋਏ ਭਰੀ ਜਾਵਾਂਗੇ ਨਾ ਆਪੇ ਜੀਰਦਾ ਜਾਣਾ ਪਾਣੀ ਥੱਲੇ ਥੱਲੇ ਵਧੀਆ ਹੋ ਜਾਣਾ ਥੱਲੇ ਥੱਲੇ ਆਪੇ ਜੀਰੀ ਜਾਣਾ ਹੋਰ ਕਿੱਦਾਂ ਜੀਰਨ ਦੀ ਮਿੱਟੀ ਬਹਿ ਗਿਆ ਸਾਰਾ ਗੁੰਦੇ ਗੁੰਦੇ ਉਹ ਜਦੋਂ ਪਾਣੀ ਜਾਣ ਡਿਆ ਥੱਲੇ ਥੱਲੇ ਨਾਲ ਹੀ ਬਹਿ ਜਾਣ ਡਿਆ ਉਹ ਡਿੱਗੀ ਜਾਣ ਡਿਆ ਥੱਲੇ ਡਰ ਵੀ ਲੱਗਦਾ ਪੂਰਾ ਬਾਅਦ ਜਾਵੇ ਸਾਰਾ ਹੀ ਲੈ ਗਿਆ ਪਹਾੜ ਵੀ ਲੈ ਗਿਆ ਉਹ ਗਿਆ ਆਹ ਵੀ ਗਿਆ ਜਿੱਦਾਂ ਜਦੋਂ ਪਾਣੀ ਤੁਰਿਆ ਜਾਂਦਾ ਉਹ ਬਹੀ ਜਾਂਦੀ ਬਸ ਇੱਧਰ ਭਰਦਾ ਹੁਣ ਬੜਾ ਚੱਲ ਗਿਆ ਪਾਣੀ ਕਾਫੀ ਵਿੱਚ ਵੀ ਪ੍ਰੀਤ ਨੇ ਬਣਾ ਲਈ ਅੱਜ ਚਾਹ ਸ਼ਾਮ ਦਾ ਟਾਈਮ ਹੋ ਗਿਆ ਵਾ ਨਾਲ ਖਾਂਦੇ ਹਾਂ ਜੀ ਦਿਲ ਵਾਲੇ ਬਿਸਕਿਟ ਹੋਟ ਵਾਲੇ ਹਾਂ ਫੈਨ ਵੇਖਣ ਨੂੰ ਫੈਨ ਵੀ ਆਉਂਦੇ ਇੱਦਾਂ ਦੇ ਇਹੋ ਜਿਹੀ ਗੱਲ ਨਹੀਂ ਆਉਂਦੇ ਹੁੰਦੇ ਅਰੇ ਇਹ ਬਿਸਕਿਟ ਆ ਨਹੀਂ ਨਹੀਂ ਇਹ ਬਿਸਕਿਟ ਆ ਉਹ ਲੱਗੀ ਆ ਨਾ ਆਪਣਾ ਖੰਡ ਲੱਗੀ ਖੰਡ ਮਿਠਾਸ ਹਾਂ ਉਹੀ ਉਹ ਵੱਡੇ ਆ ਪੀਂਦੇ ਹਾਂ ਚਾਹ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਠੀਕ ਠਾਕ ਹੋ ਮੇਰੇ ਭੈਣ ਭਰਾ ਅਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ ਅੱਜ ਦਾ ਵਲੋਗ ਹੈਗਾ ਜਾਣੀ ਕਿ ਅੱਜ ਆਪਾਂ ਚੱਲੇ ਹਾਂ ਮਤਲਬ ਕੁੜਤਾ ਪਜਾਮਾ ਕੱਲ੍ਹ ਦਾ ਸਵਾ ਲਿਆ ਅਤੇ ਮੈਂ ਕਿਹਾ ਚੱਲ ਆਪਾਂ ਨਾਲ ਗਰਗਾਬੀ ਵੀ ਲੈ ਆਈਏ ਅਤੇ ਕੁੜਤਾ ਪਜਾਮੇ ਨੇ ਚਲੋ ਗਰਗਾਬੀ ਚੱਲਣੀ ਹੁੰਦੀ ਹੈ ਜ਼ਿਆਦਾ ਉਹੀ ਚੱਲਦੀ ਹੈ ਮਤਲਬ ਆਮ ਸ਼ੂਜ਼ ਪਾਉਣ ਵਾਲੇ ਪਾ ਵੀ ਲੈਂਦੇ ਆ ਲੇਕਿਨ ਜ਼ਿਆਦਾ ਗਰਗਾਬੀ ਵਧੀਆ ਲੱਗਦੀ ਮੈਂ ਕਿਹਾ ਚੱਲ ਗਰਗਾਬੀ ਲੈ ਆਈਏ ਜਾ ਕੇ ਅਤੇ ਆਓ ਫਿਰ ਚੱਲਦੇ ਹਾਂ ਲਾਗੇ ਹੈਗੇ ਆਪ ਬਣਾ ਕੇ ਮਤਲਬ ਵੇਚਦੇ ਨੇ ਗਰਗਾਬੀ ਵਗੈਰਾ ਮੈਂ ਤਾਂ ਇਹਨਾਂ ਕੋਲ ਵਧੀਆ ਮਿਲ ਜੂਗੀ ਵਰਾਇਟੀ ਆਪ ਬਣਾ ਦਿੰਦੇ ਜਿਹੋ ਜਿਹਾ ਡਿਜ਼ਾਇਨ ਹੋਵੇ ਅਤੇ ਇਹਨਾਂ ਕੋਲ ਕਾਫੀ ਡਿਜ਼ਾਇਨ ਦੀਆਂ ਮਿਲ ਜਾਂਦੀਆਂ ਹੋਰ ਇਹੋ ਹੀ ਚੱਲਣੀ ਵਧੀਆ ਇਹੋ ਹੀ ਲੱਗਣੀ ਅੱਗੋਂ ਤੇਰੀ ਮਰਜ਼ੀ ਆ ਉਹ ਦੂਜੀ ਨਹੀਂ ਵਧੀਆ ਲੱਗਣੀ ਡਿਜ਼ਾਇਨ ਇਹੋ ਆਉਂਦੇ ਹੋਰ ਵੀ ਡਿਜ਼ਾਇਨ ਇਹੋ ਆਉਣਗੇ ਮੈਂ ਕਰ ਫਿਰ ਲੈ ਲੈਣੀ ਕੋਈ ਗੱਲ ਨਹੀਂ
ਚਲਦੀ ਕਰਦਾ ਪਿਆ ਨਹੀਂ ਲੱਗਦੀ ਲੋਕਾਂ ਵਾਲੀ ਲਓ ਜੀ ਫਿਰ ਮੈਂ ਇਹ ਲੈ ਲਈ ਇੱਕ ਗਰਗਾਬੀ ਅਤੇ ਫਿਰ ਹੁਣ ਚੱਲਦੇ ਹਾਂ ਅਤੇ ਅੱਜ ਬਾਹਰ ਦੀ ਮੈਂ ਰੋਟੀ ਕੁਝ ਖਾਂਦੇ ਹਾਂ ਮਤਲਬ ਬਟਰ ਨਾਨ ਵਗੈਰਾ ਖਾਣ ਨੂੰ ਦਿਲ ਕਰਨ ਡਿਆ ਅੱਜ ਬਾਹਰੋਂ ਹੀ ਕਰਵਾ ਲੈਂਦੇ ਰੋਟੀ ਯਾਰ ਵੀ ਇੱਦਾਂ ਹੀ ਜਾਵੇ ਬਟਰ ਨਾਨ ਹੀ ਲੈ ਜਾਂਦੇ ਘਰ ਬਣੇ ਬਣਾ ਕੇ ਬਾਹਰਲੀ ਸਾਈਡ ਆਏ ਖਰਬੂਜੇ ਖਰਬਾਜੇ ਵੀ ਲੈ ਜਾਈਏ ਨਾਲ ਅਤੇ ਦਵਾਣਾ ਤਾਂ ਆਪਾਂ ਲੈ ਗਏ ਹਾਂ ਦਵਾਣਾ ਪਿਆ ਨਹੀਂ ਪਿਆ ਵਾ ਦਵਾਣਾ ਦਵਾਣਾ ਲੈ ਗਏ ਹਾਂ ਕੱਲ੍ਹ ਦਾ ਬਟਰ ਨਾਨ ਆ ਨਾ ਔਨਲਾਈਨ ਮੈਂ ਕਿਹਾ ਕਿ ਗਰਮੀ ਬੜੀ ਕਿੱਥੇ ਜਾਣਾ ਯਾਰ ਅਤੇ ਅੱਜ ਮੇਰਾ ਦਿਲ ਕਿਤੇ ਮੈਂ ਬਟਰ ਨਾਨ ਔਨਲਾਈਨ ਹੀ ਔਡਰ ਕਰਤੇ ਆ ਜਮੈਟੋ ਵਾਲਾ ਵੀਰ ਹੁਣ ਦੇ ਜੂਗਾ ਕੋਈ ਜਮੈਟੋ ਤੋਂ ਔਡਰ ਕਰਤੇ ਆ ਅਤੇ ਹੁਣੇ ਆ ਜਾਂਦੇ ਆ ਅੱਜ ਦੇ ਵੱਜਣ ਦੀਆਂ ਸੀਣਾ ਕਿਤੇ ਟਾਈਟ ਹੋਣ ਡੇ ਸੂਟ ਕਿਤੇ ਖੁੱਲ੍ਹੇ ਹੋ ਗਏ ਹੈਂ ਟਾਈਟ ਹੋ ਗਿਆ ਵਾ ਹੈਂ ਅਤੇ ਖੁੱਲ੍ਹਾ ਹੋ ਗਿਆ ਚਲੋ ਉਹ ਜੀ ਜਮੈਟੋ ਵਾਲੇ ਭਾਜੀ ਦੇ ਗਏ ਆ ਅਤੇ ਜਮੈਟੋ ਤੋਂ ਔਡਰ ਕਰਤੇ ਸੀ ਅੱਜ ਬਟਰ ਨਾਨ ਸੋ ਖਾਂਦੇ ਹਾਂ ਹੁਣ ਬਟਰ ਨਾਨ ਆ ਗਏ ਆਪਣੇ ਮੰਮੀ ਹੋਣਾ ਨੂੰ ਖਾਣਾ ਠੀਕ ਹੈ ਸੋਹਣੇ ਮੈਨੂੰ ਪਾ ਦੋ ਨਾਲ ਮੇਰੇ ਕਈ ਭੈਣ ਭਰਾਵਾਂ ਦੇ ਕਮੈਂਟ ਵੀ ਆ ਰਿਹਾ ਵੀ ਤੁਸੀਂ ਮੋਟਰਸਾਈਕਲ 'ਤੇ ਵਲੋਗਿੰਗ ਨਾ ਕਰਿਆ ਕਰੋ ਚਲੋ ਮੈਂ ਵਲੋਗਿੰਗ ਨਹੀਂ ਕਰ ਰਿਹਾ ਮੋਟਰਸਾਈਕਲ 'ਤੇ ਮੇਰੇ ਕੋਲ ਪੁਰਾਣੀਆਂ ਵੀਡੀਓਜ਼ ਵਗੈਰਾ ਹੈਗੀਆਂ ਨੇ ਉਹ ਮੈਂ ਜਿਹੜੀਆਂ ਹੈਗੀਆਂ ਆ ਉਹ ਵਲੋਗ ਦੇ ਵਿੱਚ ਐਡ ਕਰ ਦਿੰਦਾ ਹੈਗਾ ਆ ਮਤਲਬ ਨਿਊ ਮੈਂ ਨਹੀਂ ਬਣਾ ਰਿਹਾ ਵਲੋਗ ਮਤਲਬ ਮੋਟਰਸਾਈਕਲ 'ਤੇ ਬਾਈਕ 'ਤੇ ਬਿਲਕੁਲ ਵਲੋਗ ਨਹੀਂ ਬਣਾ ਰਿਹਾ ਹੁਣ ਮੈਂ
ਤੇ ਮੇਰੇ ਭੈਣ ਭਰਾਵਾਂ ਨੇ ਜਿਹੜੇ ਕਮੈਂਟ ਆ ਰਹੇ ਨੇ ਉਹ ਜਿਹੜੀਆਂ ਪੁਰਾਣੀਆਂ ਵੀਡੀਓ ਆ ਉਹਨਾਂ ਨੂੰ ਮੈਂ ਯੂਜ਼ ਕਰ ਰਿਹਾ ਆਪਣੇ ਬਸ ਵਲੋਗ ਦੇ ਵਿੱਚ, ਨਵਾਂ ਕੋਈ ਵੀ ਵਲੋਗ ਨਹੀਂ ਸ਼ੂਟ ਕਰ ਰਿਹਾ ਬਾਈਕ ਦੇ ਉੱਪਰ। ਹਾਂਜੀ ਜੀ, ਨਾਲ ਮੇਰੇ ਕੁਝ ਖਾਸ ਭੈਣ ਭਰਾਵਾਂ ਹੈਸ਼ਟੈਗ ਸਾਡਾ ਵੀ ਨਾਲ ਵਲੋਗ ਦੇ ਵਿੱਚ, ਤੇ ਇੱਕ ਮੇਰੇ ਆਂਟੀ ਜੀ ਹੈਗੇ ਨੇ ਨੀਲਮਜੀਤ ਕੌਰ ਜੀ, ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਗੁਰਪ੍ਰੀਤ ਕੌਰ ਜੀ ਤਰਨ ਤਾਰਨ ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਰਜਨੀ ਜੀ, ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਸੀਮਾ ਸ਼ਰਮਾ ਜੀ ਅੰਮ੍ਰਿਤਸਰ ਤੋਂ, ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਪਰਮਜੀਤ ਕੌਰ ਜੀ, ਤੇ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਸੇਵਕ ਸਿੰਘ ਜੀ ਕਪੂਰਥਲੇ ਤੋਂ। ਹਾਂਜੀ ਜੀ, ਫਿਰ ਕਿੱਦਾਂ ਲੱਗਾ ਅੱਜ ਦਾ ਵਲੌਗ? ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ, ਤੇ ਨਾਲ ਦੇ ਨਾਲ ਚੈਨਲ ਨੂੰ ਕਲਿਆ ਕਰੋ ਸਬਸਕ੍ਰਾਈਬ। ਮਿਲਦੇ ਆ ਸੁਣ ਜੇ ਫੈਮਿਲੀ ਵਲੌਗ ਦੇ ਨਾਲ, ਬਾਏ ਬਾਏ।